ਚੰਗੇ ਬਚਨ ਕਰੋ ਵੀਰ ਸੁਣਦੇ ਦਾੜੀਆਂ ਵਾਲੀ ਕੁੜੀਆਂ ਆਪਦੇ ਪੇਕੇ ਜਾਣਗੀਆਂ ਨੂੰ ਸੱਸ ਇਕੱਠੀਆਂ ਨਹੀਂ ਹੁੰਦੀਆਂ ਕੁੜੀਆਂ ਨੇ ਆਪ ਹੀ ਤਾਂ ਬੋਲੀ ਪਾਉਣੀ ਆਪ ਹੀ ਬੋਲੀ ਚੱਕਣੀ ਤੇ ਹੁਣ ਤਾਂ ਸਾਹ ਹੀ ਹੈ ਨੀ ਨਾ ਜਨਾਨੀਆਂ ਚ ਨਾ ਕੁੜੀਆਂ ਚ ਇਹ ਦੋ ਬੋਲੀਆਂ ਵੀ ਨੀ ਡੀਜੇ ਲਾ ਲੈਂਦੀਆਂ ਪਿੱਛੋਂ ਕੰਨਾਂ ਚ ਵਾਲੀਆਂ ਪਾ ਕੇ ਆਉਣਾ ਵੀ ਮੈਂ ਅਮੀਰ ਘਰੇ ਵਿਆਹੀ ਆ ਸਾਹ ਤਾਂ ਤੁਹਾਡੇ ਚੜੀ ਜਾਂਦੇ ਤੁਸੀਂ ਦੋ ਬੋਲੀਆਂ ਤਾਂ ਪਾ ਨੀ ਸਕਦੀਆਂ ਸੱਸ ਦੇ ਉਲਟ ਬੋਲਣਾ ਤੀਆਂ ਬੱਚਿਓ ਪਿਛਲੇ ਜ਼ਮਾਨੇ ਦੇ ਵਿੱਚ ਜਿਹੜਾ ਸਾਉਣ ਦਾ ਮਹੀਨਾ ਹੁੰਦਾ ਸੀ ਉਹਦੇ 'ਚ ਬਾਰਿਸ਼ਾਂ ਬੁਰਸ਼ਾਂ ਬਹੁਤ ਹੁੰਦੀਆਂ ਸੀ ਤਿੱਥ ਤਿਉਹਾਰ ਜਿਹੜੇ ਬਣਾਏ ਨੇ ਨਾ ਸਿਆਣੇ ਨੇ ਬਣਾ ਆਪ ਹੀ ਬਣਾਏ ਹੋਏ ਆ ਇਹ ਕਿਉਂਕਿ ਸਾਉਣ ਦੇ ਮਹੀਨੇ 'ਚ ਖੇਤਾਂ 'ਚ ਵੀ ਕੰਮ ਨਹੀਂ ਸੀ ਹੁੰਦਾ ਤਾਂ ਫਿਰ ਉਹਨਾਂ ਨੇ ਕਿਉਂਕਿ ਕੁੜੀਆਂ ਬਹੁਤ ਕੰਮ ਕਰਦੀਆਂ ਸੀ ਪਿੰਡਾਂ 'ਚ ਤੁਹਾਨੂੰ ਪਤਾ ਹੀ ਆ ਹੁਣ ਤਾਂ ਚਲੋ ਸਾਰਾ ਹੈਲਪ ਮਿਲਦੀ ਹੈ ਉਦੋਂ ਫਿਰ ਇੱਕ ਮਹੀਨਾ ਬਣਾਇਆ ਸੀ ਵੀ ਸਾਉਣ ਦਾ ਮਹੀਨਾ ਜਿਹੜਾ ਕੁੜੀਆਂ ਆਪਦੇ ਪੇਕੇ ਜਾਣਗੀਆਂ ਨੂੰ ਸੱਸ ਇਕੱਠੀਆਂ ਨਹੀਂ ਹੁੰਦੀਆਂ ਉਹਦਾ ਇਕੱਠੀਆਂ ਨਹੀਂ ਹੁੰਦੀਆਂ ਮਾੜੀਆਂ ਹੁੰਦੀਆਂ ਮਾੜੀਆਂ ਕੀ ਹੁੰਦੀਆਂ ਵੀ ਕੁੜੀ ਵੀ ਮਹੀਨਾ ਸਾਹ ਲੈ ਆਊਗੀ ਆਪਦੇ ਪੇਕਿਆਂ 'ਚ ਐਸ਼ ਕਰੇ ਆਊਗੀ ਸੋ ਫਿਰ ਉਹ ਉਸ ਲਈ ਉਹਨਾਂ ਨੇ ਸਾਉਣ ਦਾ ਮਹੀਨਾ ਸਿਲੈਕਟ ਕੀਤਾ ਸੀਗਾ ਕਿਉਂਕਿ ਕੁੜੀ ਪੇਕੀ ਚਲੀ ਜਾਂਦੀ ਸੀ ਉੱਥੇ ਫਿਰ ਤੀਆਂ ਲਾਉਣੀਆਂ ਕਿਉਂਕਿ ਇੱਕ ਪਿੰਡ 'ਚ ਕਿੰਨੀਆਂ ਕੁੜੀਆਂ ਆਪਦੇ ਸਹੁਰਿਆਂ 'ਤੇ ਆਉਂਦੀਆਂ ਮੈਂ ਆਪ ਖੁਦ ਵੇਖੀਆਂ ਹੋਈਆਂ ਉਹ ਤੀਆਂ ਫਿਰ ਬਾਹਰ ਦਰਖਤ ਥੱਲੇ ਉੱਤੇ ਪੀਂਘਾਂ ਪਾਉਣੀਆਂ ਮੈਂ ਖੁਦ ਵੀ ਝੂਟੀਆਂ ਹੋਈਆਂ ਪੀਂਘਾਂ ਝੂਟਣੀਆਂ ਫਿਰ ਕੁੜੀਆਂ ਆਪਦੀ ਬੈਸਟ ਪੁਸ਼ਾਕ ਪਾ ਕੇ ਆਉਂਦੀਆਂ ਸੀ ਬੈਸਟ ਡਰੈੱਸਾਂ ਵੀ ਸਹੁਰਿਆਂ ਦੀ ਹੈਸੀਅਤ ਦਿਖਾਉਣ ਵਾਸਤੇ ਵੀ ਮੈਂ ਇੰਨੇ ਮੇਰੇ ਸਹੁਰੇ ਇੰਨੇ ਅਮੀਰ ਹਾਂ ਵੀ ਮੇਰੇ ਸਹੁਰੇ ਇੰਨੇ ਅਮੀਰ ਹਾਰ ਚਾਰ ਚਾਰ ਹਾਰ ਪਾ ਕੇ ਆਉਣਾ ਤਿੰਨ ਤਿੰਨ ਕੰਨਾਂ 'ਚ ਵਾਲੀਆਂ ਪਾ ਕੇ ਆਉਣਾ ਵੀ ਮੈਂ ਅਮੀਰ ਘਰੇ ਵਿਆਹੀ ਹਾਂ ਫਿਰ ਉਹਨਾਂ ਦਾ ਜਿਹੜਾ ਤਿਆਰ ਹੋਣ ਦਾ ਜਿਵੇਂ ਅੱਜ ਕੱਲ੍ਹ ਕਿੱਟੀ ਪਾਰਟੀਆਂ 'ਚ ਤਿਆਰ ਹੋ ਕੇ ਸੂਟ ਦਿਖਾਉਂਦੀਆਂ ਜਨਾਨੀਆਂ ਉਦੋਂ ਵਿਚਾਰੀਆਂ ਕੋਲ ਤੀਆਂ ਦਾ ਤਿਉਹਾਰ ਹੁੰਦਾ ਸੀ ਤਿਉਹਾਰਾਂ 'ਤੇ ਸੂਟ ਬਦਲ ਕੇ ਪਾਉਂਦੀਆਂ ਸੀ ਉਹ ਇੱਕ ਮਹੀਨਾ ਉਹਨਾਂ ਦਾ ਪੂਰਾ ਐਸ਼ ਪ੍ਰਸਤੀ ਦਾ ਫਿਰ ਉਹਨਾਂ ਨੇ ਪੂਰਾ ਡਾਂਸ ਕਰਨਾ ਮੁੰਡੇ ਨਹੀਂ ਅਲਾਊਡ ਸੀ ਉੱਥੇ ਅੱਜ ਕੱਲ੍ਹ ਤਾਂ ਫਿਰ ਬੰਦੇ ਵੀ ਤੀਆਂ 'ਚ ਜਾਣ ਲੱਗ ਗਏ ਨਾ ਔਰ ਦੂਜੀ ਗੱਲ ਅਫਸੋਸ ਕਿ ਮੁੰਡੇ ਵੀ ਤੀਆਂ ਲਾਉਣ ਲੱਗ ਗਏ ਜਿਹੜੇ ਗੀਤ ਕੁੜੀਆਂ ਨੂੰ ਗਾਉਣੇ ਚਾਹੇ ਤੇ ਮੁੰਡੇ ਗਰੁੱਪ ਬਣਾਈ ਫਿਰਦੇ ਆ ਫਲਾਨਾ ਧਿਮਕਾ ਇਹ ਮੈਂ ਤੀਆਂ ਲਾ ਰਿਹਾ ਹੈ ਅਫਸੋਸ ਕਿ ਕੁੜੀਆਂ ਦੇ ਜਿਹੜੇ ਕੰਮ ਸੀ ਉਹ ਮੁੰਡੇ ਕਰਨ ਲੱਗ ਗਏ ਅੱਜ ਕੱਲ੍ਹ ਸੋ ਕੁੜੀਆਂ ਇਕੱਠੀਆਂ ਹੋ ਕੇ ਬੋਲੀਆਂ ਪਾਉਣੀਆਂ ਗੁੱਬ ਘਲਾਟ ਕੱਢਣਾ ਸੱਸ ਦੇ ਉਲਟ ਬੋਲਣਾ ਫਿਰ ਜੇ ਕੋਈ ਫਿਰਨੀ ਦੇ ਉੱਤੇ ਤੀਆਂ ਲੱਗਦੀਆਂ ਸੀ ਨਾ ਜੇ ਕੋਈ ਮੁੰਡੇ ਮਾਂਡੇ ਲੰਘੇ ਜਾਂਦੇ ਹੋਣ ਫਿਰ ਕਹਿੰਦੇ ਚੰਗੇ ਚੰਗੇ ਬਚਨ ਕਰੋ ਵੀਰ ਸੁਣਦੇ ਦਾੜੀਆਂ ਵਾਲੀ ਫਿਰ ਜਦੋਂ ਲੰਘ ਜਾਂਦੇ ਫਿਰ ਵੀ ਮੈਂ ਸੱਸ ਕੁੱਟਣੀ ਨਹੀਂ ਮੈਂ ਇਹ ਕਰਨਾ ਨਹੀਂ ਮੈਂ ਜਠਾਣੀ ਕੁੱਟਣੀ ਫਿਰ ਪੂਰਾ ਗੁੱਬ ਘਲਾਟ ਕਰਕੇ ਉਹਨਾਂ ਦੀ ਫਰਸਟ੍ਰੇਸ਼ਨ ਵੀ ਸਾਈਕੋਲੋਜੀਕਲੀ ਖਤਮ ਹੋ ਜਾਂਦੀ ਸੀ ਗਿੱਧੇ 'ਚ ਗਾ ਗਾ ਕੇ ਹੀ ਉਹ ਅੱਧਾ ਗੁੱਸਾ ਉਹਨਾਂ ਦਾ ਸਹੁਰੇ ਜਾਣ ਤੱਕ ਢਹਿਲਾ ਹੋ ਜਾਂਦਾ ਸੀ ਅਤੇ ਅੱਜ ਦਾ ਕੀ ਕਹੋਗੇ ਫਿਰ ਅੱਜ ਦਾ ਕੀ ਕਿਵੇਂ ਆ ਪਹਿਲਾਂ ਤਾਂ ਚਲੋ ਤੁਸੀਂ ਦੱਸਿਆ ਵੀ ਇਹ ਚੀਜ਼ ਹੁੰਦੀ ਸੀ ਅੱਜ ਦਾ ਕਿਵੇਂ ਚੱਲਦਾ ਫਿਰ ਅੱਜ ਦਾ ਇਹ ਯੁੱਗ ਹੋ ਗਿਆ ਵੀ ਅੱਗੇ ਜਦੋਂ ਮੈਂ ਗਿੱਧਾ ਦੇਖਦੀ ਸੀ ਕੁੜੀਆਂ ਨੇ ਆਪ ਹੀ ਤਾਂ ਬੋਲੀ ਪਾਉਣੀ ਆਪ ਹੀ ਬੋਲੀ ਚੱਕਣੀ ਤੇ ਹੁਣ ਤਾਂ ਸਾਹ ਹੀ ਹੈ ਨੀ ਨਾ ਜਨਾਨੀਆਂ 'ਚ ਨਾ ਕੁੜੀਆਂ 'ਚ ਇਹ ਦੋ ਬੋਲੀਆਂ ਵੀ ਨਹੀਂ ਡੀਜੇ ਲਾ ਲੈਂਦੀਆਂ ਪਿੱਛੋਂ ਅੱਜ ਫਰਕ ਇਹ ਪੈ ਗਿਆ ਵੀ ਬੋਲੀ ਬਾਲੀ ਕਿਸੇ ਨੂੰ ਨਹੀਂ ਆਉਂਦੀ ਨਾ ਪੰਜਾਬੀ ਬੋਲਣੀ ਆਉਂਦੀ ਹੈ ਜਿਹੜੀਆਂ ਤੀਆਂ 'ਚ ਮੈਂ ਜਾਂਦੀ ਹਾਂ ਉਹਦੇ 'ਚੋਂ ਅੱਧੇ ਬੱਚੇ ਤਾਂ ਅੰਗਰੇਜ਼ੀ ਵਾਲੇ ਹੁੰਦੇ ਆ ਜਿਨ੍ਹਾਂ ਦੇ ਵਿਚਾਰਿਆਂ ਨੇ ਇੱਕ ਦਿਨ ਲਈ ਸਕੂਲ ਦੀ ਡਰੈਸ ਪਾ ਲੈਂਦੇ ਆ ਫੁਲਕਾਰੀਆਂ ਫੁਲਗੁਰੀਆਂ ਲੈ ਕੇ ਗਿੱਧੇ ਵਾਲੀਆਂ ਉਹਨਾਂ ਨੇ ਜਿਵੇਂ ਕਹਾਂ ਬੋਲੀ ਵਿਚਾਰੀਆਂ ਨੂੰ ਮੇਰੇ ਖਿਆਲ ਪੰਜਾਬ ਦੂਜੀ ਗੱਲ ਸਾਹ ਹੀ ਹੈ ਨਹੀਂ ਖੁਰਾਕਾਂ ਮਾੜੀਆਂ ਹੋ ਗਈਆਂ ਖੁਰਾਕਾਂ 'ਚ ਤਾਂ ਧਿਆਨ ਹੀ ਨਹੀਂ ਧਿਆਨ ਤਾਂ ਸਾਰੇ ਟੈਲੀਫੋਨਾਂ 'ਚ ਤੇ ਚੀਜ਼ਾਂ 'ਚ ਡਰੈਸਅਪ ਹੋਣ 'ਚ ਧਿਆਨ ਆਹ ਵੀ ਸਾਡੇ ਘਰੇ ਹੋਵੇ ਆਹ ਵੀ ਹੋਵੇ ਵੀ ਪਹਿਲਾਂ ਭਾਈ ਖੁਰਾਕ ਤਾਂ ਖਾ ਲਓ ਚੱਜ ਦੀ ਤੁਸੀਂ ਤੁਹਾਡੇ ਤੋਂ ਸਾਹ ਤਾਂ ਤੁਹਾਡੇ ਚੜੀ ਜਾਂਦੇ ਤੁਸੀਂ ਦੋ ਬੋਲੀਆਂ ਤਾਂ ਪਾ ਨਹੀਂ ਸਕਦੀਆਂ ਸੋ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਕੁੜੀਆਂ ਤਾਂ ਬੋਲੀਆਂ ਬੋਲੀਆਂ ਨਹੀਂ ਪੈਂਦੀਆਂ ਮੈਂ ਕੋਸ਼ਿਸ਼ ਕਰਦੀ ਹਾਂ ਵੀ ਲਾਈਵ ਬੋਲੀਆਂ ਪਾਓ ਪਾ ਲੈਂਦੀਆਂ ਫਿਰ ਥੱਕ ਜਾਂਦੀਆਂ ਵਿਚਾਰੀਆਂ ਪੁਰਾਣੀਆਂ ਤਾਂ ਲੇਡੀਜ਼ ਹਜੇ ਵੀ ਬੋਲੀਆਂ ਪਾਈ ਜਾਂਦੀਆਂ ਹਜੇ ਵੀ ਕਾਇਮ ਨੇ ਤੁਸੀਂ ਵਾਇਰਲ ਵੀਡੀਓ ਦੇਖਦੇ ਨਾ ਬੁੜੀਆਂ ਦੀਆਂ ਉਹ ਅਜੇ ਵੀ ਕਾਇਮ ਨੇ ਪਰ ਅੱਜ ਕੱਲ੍ਹ ਦੇ ਬੱਚੇ ਖੁਰਾਕਾਂ ਦਾ ਨਹੀਂ ਧਿਆਨ ਰੱਖਦੇ ਕਿ ਦੁੱਧ ਪੀਂਦੇ ਨਹੀਂ ਹਾਂ ਖੁਰਾਕਾਂ ਦੀ ਗੱਲ ਕਰੀ ਤੁਸੀਂ